हेलो दोस्तों, स्वागत है तुहाडे सारे दा साडे नवे शो दा नाम है जी गेड़ी फूड एंड मस्ती। इस शो विच खूब सारी गेड़ी बजेगी, नाल नाल गलबात होएगी फूड दी, ते होएगी दी अनलिमिटेड मस्ती। ते फिर शुरू करिए अपने शो दी शुरुआत, शुरू करिए दी गेड़ी फूड एंड मस्ती। ਕੰਨਾਂ ਵਿੱਚ ਖੱਜਦੀਆਂ ਮੁੰਦਰਾਂ, ਖੱਜਦੀਆਂ ਮੁੰਦਰਾਂ ਤੇ ਸੱਜਦੀਆਂ ਮੁੰਦਰਾਂ, ਟੋਕੀਆਂ ਦੇ ਕੰਨਾਂ ਵਿੱਚ ਖੱਜਦੀਆਂ ਮੁੰਦਰਾਂ, ਖੱਜਦੀਆਂ ਮੁੰਦਰਾਂ ਤੇ ਸੱਜਦੀਆਂ ਮੁੰਦਰਾਂ, ਖੱਜਦੀਆਂ ਮੁੰਦਰਾਂ ਚ ਮੂੰਹ ਦਿਸਦਾ, ਖੱਜਦੀਆਂ ਮੁੰਦਰਾਂ ਚ ਮੂੰਹ ਦਿਸਦਾ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ, ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ, 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 ਕੰਨਾਂ ਵਿੱਚ ਕੱਚਦੀਆਂ ਮੁੰਦਰਾਂ, ਕੱਚਦੀਆਂ ਮੁੰਦਰਾਂ ਤੇ ਸੱਜਦੀਆਂ ਮੁੰਦਰਾਂ, ਸੱਜਦੀਆਂ ਮੁੰਦਰਾਂ ਚ ਮੂੰਹ ਦਿਸਦਾ, ਸੱਜਦੀਆਂ ਮੁੰਦਰਾਂ ਚ ਮੂੰਹ ਦਿਸਦਾ, ਸਿਟੀ ਸਾਹਿਬ ਐਂਡ ਮੇਰੇ ਖਿਆਲ ਹੈ ਤੁਹਾਡਾ ਚੌਥਾ ਢਾਬਾ ਹੈ। ਹਾਂਜੀ ਹਾਂਜੀ, ਸਿਟੀ ਢਾਬਾ ਜਿਹੜਾ ਫੇਮਸ ਹੈ ਨਾ, ਕਿੰਨੇ ਸਾਲ ਪਹਿਲੇ ਤੁਸੀਂ ਖੋਲ੍ਹੇ ਢਾਬਾ? ਇਹ ਭਾਜੀ ਨੂੰ ਹੋ ਗਏ ਜੀ ਕੋਈ 7 ਸਾਲ। 7 ਸਾਲ ਹੋ ਗਏ ਤੇ 7 ਸਾਲ ਪਹਿਲੇ ਮੈਨੂੰ ਯਾਦ ਹੈ ਕਿ ਮੈਂ ਸਭ ਤੋਂ ਪਹਿਲੇ ਦੇਖਿਆ ਸੀ ਗੁਰਦਾਸ ਮਾਨ ਸਾਹਿਬ ਨੇ ਢਾਬਾ ਖੋਲ੍ਹਿਆ, ਮੈਨੂੰ ਏਦਾਂ ਲੱਗਿਆ ਸੀ, ਮੈਂ ਤਾਂ ਤੁਹਾਨੂੰ ਜਾਣਦਾ ਨਹੀਂ। ਮੈਨੂੰ ਜੀ ਬਹੁਤ ਲੋਕੀ ਕਹਿੰਦੇ ਨੇ ਜੀ ਇਹ ਢਾਬਾ ਗੁਰਦਾਸ ਮਾਨ ਦਾ ਢਾਬਾ, ਗੁਰਦਾਸ ਮਾਨ ਸਾਹਿਬ ਦਾ, ਤੇ ਮੈਂ ਅਸਾਂ ਕਹਿੰਦਾ ਹਾਂਜੀ ਬਿਲਕੁਲ ਜੀ ਉਹਨਾਂ ਦਾ ਢਾਬਾ ਆ। ਉਹ ਸਾਲ ਕੁ ਬਾਅਦ ਆਉਂਦੇ ਨੇ ਜੀ ਮੇਰੇ ਕੋਲ, ਸਾਖਤਾ ਪੁੱਛਦੇ ਆ ਤੇ ਮੈਨੂੰ ਕਹਿੰਦੇ ਜੋ ਤੂੰ ਕਮਾਇਆ ਸਾਰਾ ਤੁਸੀਂ ਤੁਸੀਂ ਰੱਖ ਲੈ। ਹਾਂਜੀ, ਇੱਕ ਇਹਨਾਂ ਦੇ ਜਿਹੜੇ ਢਾਬੇ ਦੀ ਖਾਸੀਅਤ ਨਾ, ਜੇ ਤੁਸੀਂ ਕੋਈ ਵੀ ਢਾਬੇ ਚੱਲ ਲਓਗੇ ਉੱਥੇ ਜਿੰਨੇ ਕੋਰਟਸ ਹੁੰਦੇ ਨਾ, ਕੋਰਟਸ ਪੜ੍ਹ ਕੇ ਤੁਸੀਂ ਪੜ੍ਹਦੇ ਰਹੋਗੇ ਪੜ੍ਹਦੇ ਰਹੋਗੇ ਪੜ੍ਹਦੇ ਰਹੋਗੇ। ਸਭ ਤੋਂ ਪਹਿਲਾਂ ਜਿਹੜਾ ਕੋਰਟ ਹੈ ਇੱਥੇ ਲਿਖਦਾ, ਸੇਠੋ ਮੈਂ ਸੇਠ ਸੇਠੀ ਸੇਠ ਬਾਕੀ ਸਭ ਜੀ। ਮੈਨੂੰ ਗੁਰਦਾਸ ਮਾਨ ਸਾਹਿਬ ਨੇ ਕਿਹਾ ਸੀਗਾ, ਅੱਛਾ ਜੀਓ ਸੇਠੀ, ਉਹਨਾਂ ਦਾ ਇੱਕ ਤੱਕੇ ਕਲਾਮ ਹੈ ਜੀਓ ਸੇਠੀ ਜੀਓ ਸੇਠੀ, ਉਹਨਾਂ ਨੇ ਇੱਦਾਂ ਹੀ ਕਿਹਾ ਸੀਗਾ, ਸਹਿਤ ਸਭਾਏ ਸੇਠੋ ਮੈਂ ਸੇਠ ਸੇਠੀ ਸੇਠ ਬਾਕੀ ਸਾਰੇ ਫੋਟੋ ਸਟੇਟ, ਉਹ ਮੈਂ ਚੱਕੇ ਤੇ ਰਖਵਾਤਾ ਜੀ। ਅੱਛਾ, ਆਪਣਾ ਇਹਦੀ ਜਿਹੜੀ ਸ਼ੁਰੂਆਤ ਹੈ, ਸ਼ੁਰੂਆਤ ਕਿੱਦਾਂ ਕੀਤੀ, ਕੌਨਸੈਪਟ ਕਿੱਦਾਂ ਆਇਆ, ਅਤੇ ਬਾਕੀ ਜਿਹੜੀ ਇਨੋਵੇਟਿਵ ਚੀਜ਼ਾਂ, ਕੋਰਟਸ ਲਿਖਣੇ, ਇਹ ਲਿਖਣੇ, ਡਫਲੀ, ਡਰਮ, ਲਾਈਵ ਮਿਊਜ਼ਿਕ, ਇਹ ਸਭ ਕਿੱਦਾਂ ਆਇਆ? ਭਾਅ ਜੀ ਕਹਿੰਦੇ ਕੋਈ ਜ਼ਰੂਰੀ ਨਹੀਂ ਹੈ ਕਿ ਇਸ਼ਕ ਕਿਸੇ ਕੁੜੀ ਨਾਲ ਹੁੰਦਾ, ਇਸ਼ਕ ਕਿਸੇ ਨਾਲ ਵੀ ਹੋ ਸਕਦਾ, ਇਸ਼ਕ ਆਪਣੀ ਮਾਂ ਨਾਲ ਹੋ ਸਕਦਾ, ਇਸ਼ਕ ਆਪਣੇ ਭਰਾ ਨਾਲ ਹੋ ਸਕਦਾ, ਇਸ਼ਕ ਆਪਣੀਆਂ ਮਸ਼ੂਕਾਂ ਨਾਲ ਹੋ ਸਕਦਾ, ਇਸ਼ਕ ਆਪਣੇ ਦੇਸ਼ ਨਾਲ ਹੋ ਸਕਦਾ, ਇਸ਼ਕ ਆਪਣੇ ਹੁਸਨ ਨਾਲ ਹੋ ਸਕਦਾ। ਹਾਂ ਹਾਂ, ਪਰ ਨਜ਼ਰੀਆ ਕੁਛ ਅਲੱਗ ਅਲੱਗ। ਜੀ ਜੀ, ਜਿਹੜਾ ਮੈਨੂੰ ਇਸ਼ਕ ਹੋਇਆ ਮਾਨ ਸਾਹਿਬ ਦਾਸ ਮਾਨ ਸਾਹਿਬ ਦੇ ਨਾਲ, ਇਹਨੂੰ ਹੁਣ ਤੁਸੀਂ ਜਿਹੜਾ ਮਰਜ਼ੀ ਨਾਮ ਦੇ, ਸਾਡੇ ਜਿੱਥੇ ਲੱਗੀ ਆ ਲੱਗੀ ਰਹਿਣ ਦੇ, ਲੋਕੀ ਕਹਿੰਦੇ ਠੱਗੀ ਆ ਤੇ ਠੱਗੀ ਰਹਿੰਦੇ। ਭਾਜੀ ਗੁਰਦਾਸ ਮਾਨ ਸਾਹਿਬ ਇੱਕ ਐਸੀ ਸ਼ਖਸੀਅਤ ਨੇ, ਹਾਂ ਹਾਂ, ਉਹਨਾਂ ਨੇ ਜੋ ਸੋਚਿਆ ਜੋ ਲਿਖਿਆ ਉਹੀ ਗਾਇਆ, ਉਹਨਾਂ ਨੇ ਉਹਨਾਂ ਦੀ ਕਲਮ ਪਾਕ ਪਵਿੱਤਰ ਹੈ।
ਬਸ ਉਹਨਾਂ ਦੇ ਗੀਤਾਂ ਦੇ ਵਿੱਚੋਂ ਦੀ ਆਪਾਂ ਗੱਲਾਂ ਕੱਟ ਕੱਟ ਕੇ ਅੱਛਾ ਉਹਨਾਂ ਦੇ ਗੀਤਾਂ ਤੋਂ ਹਾਂਜੀ ਹੋਰ ਕੀ ਇਸ ਤਰ੍ਹਾਂ ਦੀ ਬਸ ਥੋੜੀ ਜਿਹੀਆਂ ਘੁਮਾ ਫਰਾ ਕੇ ਲਿਖੀਆਂ ਹੋਈਆਂ ਨੇ ਕਹਿੰਦਾ ਜੀ ਜਿਹੜਾ ਆਪਣੇ ਜਹਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਥਾਂ ਦਾ ਨਹੀਂ ਥਾਂ ਦਾ ਨਹੀਂ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਬਿਲਕੁਲ ਜੀ ਅਤੇ ਸਿਟੀ ਢਾਬੇ ਦੀ ਖਾਸੀਅਤ ਹੈ ਕਿ ਜਿਹੜੇ ਵੀ ਢਾਬੇ ਚੱਲ ਲਓ ਖਾਣਾ ਤਾਂ ਮਿਲੇਗਾ ਮਿਲੇਗਾ ਹਾਂਜੀ ਪਲੱਸ ਲਾਈਵ ਮਿਊਜ਼ਿਕ ਅੱਜ ਵੀ ਸਟੇਜ ਸਜਾ ਚੁੱਕੇ ਹਾਂ ਜੀ ਹਾਂ ਜੀ ਬਿਲਕੁਲ ਜੀ ਅੱਜ ਆਪਾਂ ਇਹਦਾ ਨੱਚਾਂਗੇ ਜੀ ਗਾਵਾਂਗੇ ਬਿਲਕੁਲ ਆਪਾਂ ਇੱਦਾਂ ਕਰਦੇ ਹਾਂ ਸਿੱਟੀ ਸਾਹਿਬ ਨਾਲ ਹੋਰ ਗੱਲਬਾਤ ਕਰਾਂਗੇ ਖਾਣ ਪੀਣ ਦੇ ਨਾਲ ਪਹਿਲੇ ਲਾਈਵ ਮਿਊਜ਼ਿਕ ਸੁਣ ਲਈਏ ਤੁਹਾਡਾ ਆਓ ਸੁਣੋ ਸੁਣ ਲਈਏ ਸੁਣ ਲਈਏ ਪਹਿਲੇ ਇੱਕ ਵਾਰ ਢੋਲ ਮੈਂ ਹਾਂ ਸੇਠੀ ਢਾਬੇ ਵਾਲਾ ਬੰਦਾ ਬੜਾ ਨਿਮਾਣਾ ਨਾ ਮੈਂ ਸੁਰਤਾਲ ਜਾਣਦਾ ਨਾ ਮੈਂ ਜਾਣਦਾ ਗਾਣਾ ਜੀਰਕਪੁਰ ਵਿੱਚ ਢਾਬਾ ਮੇਰਾ ਪੱਕਾ ਮੇਰਾ ਟਿਕਾਣਾ ਆਪਣੇ ਗੁਰੂ ਗੁਰਦਾਸ ਜੀ ਨੂੰ ਸਮਰਪਿਤ ਹੈ ਮੇਰਾ ਗਾਣਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਕੱਚ ਦੀਆਂ ਮੁੰਦਰਾਂ ਤੇ ਸੱਚ ਦੀਆਂ ਮੁੰਦਰਾਂ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਕੱਚ ਦੀਆਂ ਮੁੰਦਰਾਂ ਤੇ ਸੱਚ ਦੀਆਂ ਮੁੰਦਰਾਂ ਕੱਚ ਦੀਆਂ ਮੁੰਦਰਾਂ ਸੱਚ ਦੀਆਂ ਮੁੰਦਰਾਂ ਚ ਮੂੰਹ ਦਿਸਦਾ ਸੱਚ ਦੀਆਂ ਮੁੰਦਰਾਂ ਚ ਮੂੰਹ ਦਿਸਦਾ ਜਿਹੜੇ ਪਾਸੇ ਵੇਖਾਂ ਮੈਨੂੰ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਬਹੁਤ ਅੱਛਾ ਹੈ ਔਰ ਮੈਨੂੰ ਵੈਸੇ ਪੰਜਾਬੀ ਨਹੀਂ ਆਉਂਦੀ ਤੋ ਬਹੁਤ ਅੱਛਾ ਲੱਗ ਰਿਹਾ ਮਿਊਜ਼ਿਕ ਵਧੀਆ ਢਾਬਾ ਹੈ ਵਧੀਆ ਹੈਗਾ ਰੋਟੀ ਵਧੀਆ ਮਿਲਦੀ ਹੈ ਇੱਥੇ ਇੱਥੇ ਆਉਂਦੇ ਆ ਜੀ ਖਾਣ ਵਾਸਤੇ ਸ਼ੁਦਾਈਆਂ ਦੇ ਵੀ ਜਾਂਦੇ ਹਾਂ ਜਿਹਦੀ ਹੋ ਮੈਂ ਵੱਡੀ ਐ ਤੇ ਵੱਡੀ ਰਹਿੰਦੇ ਜਿਹਦੀ ਹੋ ਮੈਂ ਵੱਡੀ ਐ ਤੇ ਵੱਡੀ ਰਹਿੰਦੇ ਸਾਡੀ ਜਿੱਥੇ ਲੱਗੀ ਐਵੇਂ ਸਾਡੀ ਜਿੱਥੇ ਲੱਗੀ ਐਵੇਂ ਲੱਗੀ ਰਹਿੰਦੇ ਸਾਡੀ ਜਿੱਥੇ ਲੱਗੀ ਐਵੇਂ ਲੱਗੀ ਰਹਿੰਦੇ ਜਿਹੜੀ ਵੀ ਹੋ ਗਈ ਮਸਤੀ ਹੋ ਗਈ ਤੇ ਉਹਨਾਂ ਜੀ ਫੂਡ ਦੀ ਗੱਲ ਬਾਤ ਹੈ ਖਾਣਾ ਸੱਚ ਚੁੱਕਾ ਹੈ ਹਾਂਜੀ ਬਿਲਕੁਲ ਐਂਡ ਦੇਖੋ ਜੀ ਸਾਡੇ ਸਿਟੀ ਸਾਹਿਬ ਨੂੰ ਲਾਈਵ ਪਰਫਾਰਮੈਂਸ ਦੇ ਬਾਅਦ ਪਸੀਨਾ ਪਸੀਨਾ ਹੋ ਚੁੱਕਿਆ ਐਂਡ ਗਰਮੀ ਵੀ ਬਹੁਤ ਜ਼ਿਆਦਾ ਹੈ ਕਿੱਦਾਂ ਪਰਫਾਰਮ ਕੀਤਾ ਯਾਰ ਤੁਸੀਂ ਮਤਲਬ ਇੰਨੀ ਗਰਮੀ ਚ ਵੈਸੇ ਤੇ ਮੈਨੂੰ ਗੱਲ ਐਡੀ ਤੇ ਗਰਮੀ ਆਈ ਥਿੰਕ 2 ਆਵਰਸ ਨੋਨ ਸਟਾਪ ਪਰਫਾਰਮੈਂਸ ਮੈਂ ਤੁਹਾਨੂੰ ਦੱਸ ਰਿਹਾ ਹਾਂ ਪਰ ਫਟਾਫਟ ਕੱਟ 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 ਕਰਕੇ ਦਿਖਾ ਦਿੰਦੀ ਹੈ ਲੇਕਿਨ 2 ਘੰਟੇ ਨੇ ਲਾਈਵ ਪਰਫਾਰਮੈਂਸ ਲਗਾਤਾਰ ਕੀਤੀ ਹੈ ਇੰਨੀ એનર્ਜੀ ਕਿੱਥੋਂ ਭਾਜੀ ਤੁਸੀਂ ਆਪਣਾ ਗੱਲ ਕੀਤੀ ਹੈ એનર્ਜੀ ਦੀ ਸਾਡੇ ਮਾਨਸਾ ਦੇ ਵਿੱਚ ਕਿੰਨੀ એનર્ਜੀ ਆ ਜੀ ਦੇਖੋ ਹਾਂ ਹਾਂ 60 65 ਸਾਲ ਦੀ ਉਮਰ ਹੋ ਗਈ ਹੈ ਜੀ ਉਹ ਹਾਲੇ ਵੀ ਸਟੇਜ ਉੱਤੇ ਨੱਚੀ ਆ ਰਹੇ ਸਾਡੇ ਮਾਨਸਾ ਕਹਿੰਦੇ ਨੇ ਇਹ ਰੰਗਾਂ ਦੀ ਗਰਮੀ ਉਮੰਗਾਂ ਦੀ ਗਰਮੀ ਤੋਪਾਂ ਬੰਦੂਕਾਂ ਤੇ ਬੰਬਾਂ ਦੀ ਗਰਮੀ ਇਨਸਾਨ ਦੇ ਜ਼ਿਹਨਾਂ 'ਚ ਜੰਗਾਂ ਦੀ ਗਰਮੀ ਹੜਤਾਲਾਂ ਨਾਰਿਆਂ ਤੇ ਮੰਗਾਂ ਦੀ ਗਰਮੀ ਬੰਬਾਂ ਦੀ ਗਰਮੀ ਤੂਫਾਨਾਂ ਦੀ ਗਰਮੀ ਇਸ ਗਰਮੀ ਨੂੰ ਠੱਲ ਪਾਓ ਕੋਈ ਸਾਂਝਾ ਪੀਰ ਤੇ ਆਓ ਇੱਕ ਵਾਰ ਤਾਲੀ ਹੋਇਆ ਸਿੱਟੀ ਸਾਹਿਬ ਦੇ ਸ਼ੇਰ ਲਈ ਹਾਂ ਥੈਂਕ ਯੂ ਜੀ ਅੱਛਾ ਖਾਣਾ ਸੱਚ ਚੁੱਕਾ ਜੀ ਕੀ ਸਾਰਾ ਅੱਜ ਪਰੋਸਿਆ ਤੁਸੀਂ ਭਾਜੀ ਇਹ ਸਰ ਦੇਖੋ ਜੀ ਸਾਡਾ ਇੱਕ ਤਾਂ ਵੈਸੇ ਹੀ ਅਸੀਂ ਰੰਗਲੇ ਪੰਜਾਬ ਦੇ ਕੋਨੇ 'ਚ ਬੈਠੇ ਹਾਂ ਜੀ ਹਾਂ ਹਾਂ ਔਰ ਇਹ ਸਾਡੀ ਹੈਗੀ ਹੈ ਜੀ ਦਾਲ ਮੱਖਣੀ ਦਾਲ ਮੱਖਣੀ ਪੰਜਾਬ ਦੀ ਸ਼ਾਨ ਦਾਲ ਮੱਖਣੀ ਦਾਲ ਮੱਖਣੀ ਉਸ ਤੋਂ ਬਾਅਦ ਇਹ ਹੈਗਾ ਜੀ ਸਾਡਾ ਸ਼ਾਹੀ ਪਨੀਰ ਪੰਜਾਬ ਦੀ ਸ਼ਾਨ ਸ਼ਾਹੀ ਪਨੀਰ ਸ਼ਾਹੀ ਪਨੀਰ ਔਰ ਇਹ ਹੈਗਾ ਜੀ ਦਮ ਆਲੂ ਦਮ ਆਲੂ ਆਪਣੇ ਪੰਜਾਬ ਦੇ ਵਿੱਚ ਆਲੂ ਬਹੁਤ ਹੁੰਦਾ ਹੈ ਪੰਜਾਬੀ ਤੇ ਆਲੂ ਤੁਹਾਨੂੰ ਪੂਰੇ ਵਰਲਡ ਦੇ ਵਿੱਚ ਮਿਲੇਗਾ ਬਿਲਕੁਲ ਜੀ ਹਾਂ ਕੀ ਬਾਤ ਹੈ ਅੱਛਾ ਜੀ ਇਹ ਭਾਜੀ ਸਾਡਾ ਹੈਗਾ ਜੀ ਪਾਲਕ ਔਰ ਇਹ ਹੈ ਇਹਨੂੰ ਕਹਿੰਦੇ ਨੇ ਜੀ ਲੱਛਾ ਪਰਾਂਠਾ ਹਾਂ ਹਾਂ ਇਹ ਮਿੱਸੀ ਰੋਟੀ ਕਹਿੰਦੇ ਭੱਜੀ ਫਿਰਦੀ ਹੈ ਰੋਟੀ ਦੇ ਮਗਰ ਦੁਨੀਆ ਸਵੇਰ ਸ਼ਾਮ ਦੁਪਹਿਰ ਨੂੰ ਖਾਈ ਰੋਟੀ ਕਿਹੜੇ ਜੱਟ ਨੇ ਰੋਟੀ ਦਾ ਬੀਜ ਬੋਇਆ ਕਿਹੜੇ ਖੇਤ ਜ਼ਮੀਨ ਚੋਂ ਆਈ ਰੋਟੀ ਉਸ ਭੁੱਖੇ ਨੂੰ ਪੁੱਛ ਕੇ ਵੇਖ ਮਾਨਾ ਜਿਹਨੂੰ ਲੱਭੇ ਨਾ ਮਸਾਂ ਥਿਆਈ ਰੋਟੀ
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਜਿਨ੍ਹਾਂ ਖੈਰ ਫਕੀਰ ਨੂੰ ਪਾਈ ਰੋਟੀ। ਜੇ ਘਰੇ ਜਨਾਨੀ ਨਾਲ ਲੜਾਈ ਹੋ ਜਾਏ ਤਾਂ ਸੇਠੀ ਢਾਬੇ ਤੇ ਆ ਕੇ ਖਾਈ ਰੋਟੀ ਤਾਲੀਆਂ। ਚਲੋ ਜੀ, ਬੇਸਿਕਲੀ ਗੇੜੀ ਦੇ ਬਾਅਦ ਖੂਬ ਸਾਰਾ ਡਾਂਸ ਵਾਂਸ ਕੀਤਾ, ਢੋਲ ਧਮਾਕਾ ਮਸਤੀ ਵਸਤੀ, ਤੇ ਹੁਣ ਜੀ ਟਰਾਈ ਕਰ ਲਾ ਮੈਂ ਫੂਡ ਤੁਹਾਡਾ। ਹਾਂ ਹਾਂ ਬਿਲਕੁਲ ਜੀ ਬਿਲਕੁਲ, ਸਪੈਸ਼ਲਾਈਜ਼ਡ ਫੂਡ ਦਾਲ ਮੱਖਣੀ ਸ਼ਾਹੀ ਪਨੀਰ ਖਾ ਕੇ ਦੇਖੋ ਜੀ ਤੁਹਾਨੂੰ ਕੀ ਕੀ ਸਵਾਲ ਲੱਗੇ, ਐਂਡ ਪਾਲਕ ਪਨੀਰ। ਦਾਲ ਮੱਖਣੀ, ਸ਼ਾਹੀ ਪਨੀਰ, ਦਮ ਆਲੂ ਐਂਡ ਪਾਲਕ ਪਨੀਰ। ਪਾਲਕ ਪਨੀਰ ਦੇਖਦਾ ਹੀ ਦਿਲ ਕਰ ਰਿਹਾ ਕਿ ਟੁੱਟ ਪਾ ਖਾ ਜਾ ਖਾ ਜਾ ਖਾ ਜਾ ਖਾ ਜਾ। ਵਾਹ ਜੀ ਵਾਹ, ਇਹ ਮੇਰਾ ਫੇਵਰਟ ਡਾਇਲੋਗ ਹੈ, ਇਹਨਾਂ ਨੇ ਮਾਰ ਲਿਆ। ਵਾਹ ਵਾਹ, ਮਿਕਸੀ ਰੋਟੀ ਵਿਦ ਪਾਲਕ ਪਨੀਰ। ਆ ਜਾਓ ਜੀ, ਆ ਜੀ ਭਾਈ, ਮੈਂ ਤੁਹਾਨੂੰ ਖਵਾਉਣਾ, ਮੈਂ ਤੁਹਾਨੂੰ ਖਵਾਉਣਾ। ਸੁਪਰ ਪਾਲਕ ਪਨੀਰ ਭਾਜੀ, ਤੁਹਾਡਾ ਪਾਸ ਹੈ, ਪਾਸ ਹੀ ਸੁਪਰ ਹਿੱਟ ਹੈ। ਚਲੋ ਜੀ, ਦਾਲ ਮੱਖਣੀ ਹੋ ਜਾਓ ਜੀ, ਲਓ 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 ਲਓ। ਚੱਟੀ ਸਾਹਿਬ, ਪਾਲਕ ਪਨੀਰ ਤਾਂ ਪਾਲਕ ਪਨੀਰ ਹੈ, ਲੇਕਿਨ ਦਾਲ ਮੱਖਣੀ ਦੀ ਮੈਂ ਗੱਲ ਕਹਿਣਾ ਚਾਹਾਂਗਾ ਕਿ ਮੈਂ ਬੜੇ ਚਿਰਾਂ ਬਾਅਦ ਇਹੋ ਜਿਹੀ ਦਾਲ ਮੱਖਣੀ ਖਾਧੀ ਹੈ, ਬੜੇ ਚਿਰਾਂ ਬਾਅਦ। ਇਹ ਮੈਂ ਦਿਲੋਂ ਗੱਲ ਕਹਿ ਰਿਹਾ, ਬੜੇ ਚਿਰਾਂ ਬਾਅਦ ਇਹੋ ਜਿਹੀ ਦਾਲ ਮੱਖਣੀ। ਅੱਛਾ ਜੀ, ਇਹ ਲਓ ਜੀ ਸ਼ਾਹੀ ਪਨੀਰ ਤੁਹਾਡੇ ਲਈ, ਸ਼ਾਹੀ ਪਨੀਰ ਵਿਦ ਬਟਰ ਨਾਨ। ਯਾਰ ਕੀ ਕਹਾਂ ਯਾਰ ਭਾਜੀ, ਮਤਲਬ ਤੁਸੀਂ ਕਹਿੰਦੇ ਮੈਂ ਤਾਰੀਫ ਕਰੀ ਜਾ ਰਿਹਾ, ਤਾਰੀਫ ਕਰੀ ਜਾ ਰਿਹਾ, ਤਾਰੀਫ ਕਰੀ ਜਾ ਰਿਹਾ। ਵਾਕਈ ਯਾਰ ਜਿਹੜੀ ਸਾਡੀ ਐਨਰਜੀ ਵੇਸਟ ਹੋਈ ਨਾ ਮਸਤੀ ਕਰਨ 'ਚ ਅਤੇ ਗੇੜੀ ਮਾਰਨ 'ਚ, ਉਹ ਐਨਰਜੀ ਦੁਬਾਰਾ ਵਾਪਸ ਆ ਗਈ, ਵਾਪਸ ਆ ਗਈ। ਫਾਈਨਲੀ ਇਹ ਕਹਿਣਾ ਚਾਹਾਂਗਾ, ਸਿੱਟੀ ਸਾਹਿਬ ਜਿਹੜਾ ਤੁਹਾਡਾ ਖਾਣਾ ਨਾ, ਖਾਣਾ ਤਾਂ ਹੈ ਹੀ ਵਧੀਆ, ਲੇਕਿਨ ਜਿਹੜਾ ਤੁਹਾਡਾ ਪਿਆਰ ਹੈ, ਜਿਹੜਾ ਇੱਥੇ ਆਉਣ ਦੇ ਬਾਅਦ ਹਰ ਇੱਕ ਕਸਟਮਰ ਨੂੰ ਇਹ ਪਰਸਨਲੀ ਡੀਲ ਕਰਦੇ ਆ, ਦੈਟ ਇਜ਼ ਮੋਰ ਇੰਪੋਰਟੈਂਟ। ਪਰ ਹੈਡ ਕੋਸਟ ਪੁੱਛੀ ਜਾਏ ਤੁਹਾਨੂੰ, ਪਰ ਹੈਡ ਇੱਕ ਬੰਦੇ ਦੀ ਕੋਸਟ ਕਿੰਨੀ ਆਏਗੀ? ਹਾਂਜੀ ਹਾਂਜੀ ਸਰ, ਦੇਖੋ ਜੀ ਸਾਡੇ ਰੇਟ ਹੈਗੇ ਨੇ ਬਿਲਕੁਲ ਜੈਨੂਅਨ, ਜਿੰਨੇ ਵੀ ਇੱਥੇ ਨਾਮੀ ਬ੍ਰਾਂਡਡ ਇੱਥੇ ਖੁੱਲ੍ਹੇ ਹੋਏ ਨੇ ਨਾ, ਉਹਨਾਂ ਤੋਂ ਅਸੀਂ ਬਹੁਤ ਥੱਲੇ ਹਾਂ ਜੀ, ਠੀਕ ਹੈ ਜੀ। ਔਰ ਮੇਰੇ ਢਾਬੇ 'ਤੇ 250 ਰੁਪਏ ਦੇ ਵਿੱਚ ਜੀ ਚਾਰ ਬੰਦੇ ਵਧੀਆ ਰੋਟੀ ਖਾਂਦੇ ਨੇ, ਏਸੀ 'ਚ ਬੈਠ ਕੇ। ਅਰੇ ਸੁਪਰਬ, ਏਸੀ ਅੰਦਰ ਲੱਗਿਆ ਹੋਇਆ, ਆਊਟਡੋਰ ਵੀ ਏਸੀ ਲੱਗਿਆ ਹੋਇਆ ਜੀ, ਬਿਲਕੁਲ ਜੀ। ਵੈਸੇ 24 ਆਵਰਸ ਖੁੱਲ੍ਹਾ ਰਹਿੰਦਾ ਹੈ? 24 ਘੰਟੇ ਜੀ, 24 ਘੰਟੇ ਚਾਰੋਂ ਢਾਬੇ ਸਾਡੇ ਫ੍ਰੀ, ਐਂਬੂਲੈਂਸਾਂ ਵੀ ਹੈਗੀਆਂ ਜੀ ਇੱਥੇ। ਹਾਂ, ਐਂਬੂਲੈਂਸ ਇਹ ਦੱਸਣਾ ਚਾਹਾਂਗੇ ਕਿ ਇਹ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਜੀ ਐਂਬੂਲੈਂਸ ਸਰਵਿਸ, ਜੇ ਰਾਤੀ ਕਿਸੇ ਨੂੰ ਲੇਟ ਨਾਈਟ ਵੀ ਲੋੜ ਪਏ ਤਾਂ ਇੱਕ ਫੋਨ ਕਰਨਾ ਇਹਨਾਂ ਦੇ ਢਾਬੇ 'ਚ, ਐਂਬੂਲੈਂਸ ਵਿਲ ਬੀ ਪ੍ਰੋਵਾਈਡਡ ਬਾਏ ਦੈਮ। ਇੱਕ ਜੀ ਮੈਂ ਤੁਹਾਨੂੰ ਹੋਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਆਦਰਨੀਯ ਸੁਪਰੀਮ ਕੋਰਟ ਨੇ ਇੱਕ ਲਾਅ ਕੱਢਿਆ ਕਿ ਜਿਸ ਦੇ ਵਿੱਚ ਤੁਸੀਂ ਕਿਸੇ ਵੀ ਐਕਸੀਡੈਂਟ ਕੇਸ ਦੇ ਵਿੱਚ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਜਾਂ ਉਹਨੂੰ ਚੱਕ ਕੇ ਤੁਸੀਂ ਹੋਸਪਿਟਲ 'ਚ ਲੈ ਕੇ ਜਾਂਦੇ ਹੋ, ਫੰਡ ਤੁਹਾਡੇ ਕੋਲੋਂ ਦੀ ਕੋਈ ਸਵਾਲ ਨਹੀਂ ਪੁੱਛਿਆ ਜਾਏਗਾ, ਉੱਥੇ ਤੁਹਾਨੂੰ ਕੋਈ ਪੁਲਿਸ ਨਹੀਂ ਤੰਗ ਕਰੇਗੀ ਔਰ ਤੁਹਾਨੂੰ ਕੋਈ ਗਵਾਹੀ ਵਾਸਤੇ ਨਹੀਂ ਬੁਲਾਇਆ ਜਾਏਗਾ, ਠੀਕ ਹੈ ਜੀ। ਬਾਕੀ ਮੈਂ ਨਮਾਣਾ ਜਿਹਾ ਬੰਦਾ, ਮੇਰੇ ਤੋਂ ਕੋਈ ਆਪਣਾ ਗਲਤ ਸ਼ਬਦ ਹੋ ਜਾਏ ਤਾਂ ਮੈਨੂੰ ਮਾਫ਼ ਕਰਦੇ ਭਾਜੀ, ਠੀਕ ਹੈ ਜੀ। ਅਰੇ ਅਰੇ ਸੁਪਰਬ, ਬੜੀ ਇਨਫੋਰਮੇਟਿਵ ਚੀਜ਼ ਦੱਸੀ ਹੈ, ਐਂਡ ਓਵਰਆਲ ਜਿਹੜਾ ਐਕਸਪੀਰੀਅੰਸ ਰਿਹਾ ਤੁਹਾਡੇ ਇਸ ਢਾਬੇ 'ਚ ਆਉਣ ਦਾ, ਜਿਹੜੀ ਗੇੜੀ ਮਾਰਨ ਦਾ, ਗੇੜੀ ਵੀ ਕੀਤੀ, ਮਸਤੀ ਵੀ ਕੀਤੀ, ਖਾਣਾ ਵੀ ਖਾਇਆ, ਸੁਪਰਬ। ਤੂੰ ਦੁਬਾਰਾ ਮਸਤੀ ਕਰ ਲਈ, ਜਿਹੜਾ ਖਾਣਾ ਖਾਧਾ ਹੈ ਆਪਣਾ ਪੰਜਾਬ ਹੋਵੇ ਘਰ ਦੀ। ਲੇਕਿਨ 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 ਜਾਂਦੇ ਜਾਂਦੇ ਇੱਕ ਮੈਸੇਜ ਇਹ ਵੀ ਦੇ ਦਿੰਦੇ ਕਿ ਜੋ ਜੇ ਤੁਹਾਨੂੰ ਸਾਡਾ ਸ਼ੋਅ ਪਸੰਦ ਆਇਆ ਤਾਂ ਸਬਸਕ੍ਰਾਈਬ ਕਰ ਦਿਓ ਯਾਰ, ਕੋਈ ਅਪੀਲ ਕਰ ਦਿਓ। ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਵਧੀਆ ਲੱਗੇ ਤਾਂ ਕਲਿੱਕ ਜ਼ਰੂਰ ਕਰਿਓ ਲਾਲ ਬਟਨ ਨੂੰ, ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰ ਦਿਓ। ਆਓ ਮਸਤੀ ਕਰੀਏ, ਆਓ ਮਸਤੀ ਕਰੀਏ। ਰਹਿਣ ਵਾਲੇ ਆ ਦਿੱਲੀ ਤੋਂ ਆਏ ਆ, ਅਸੀਂ ਰੋਟੀ ਖਾ ਰਹੇ ਹਾਂ। ਨੱਚਦੀਆਂ ਮੁੰਦਰਾਂ ਚ ਮੂੰਹ ਦਿਸਦਾ, ਨੱਚਦੀਆਂ ਮੁੰਦਰਾਂ ਚ ਮੂੰਹ ਦਿਸਦਾ, ਜਿਹੜੇ ਪਾਸੇ ਵੇਖਾਂ ਮੈਨੂੰ। ਸੇਠੀ ਢਾਬਾ, ਸੇਠੀ ਢਾਬੇ 'ਤੇ ਆਏ ਹਾਂ, ਇੱਥੇ ਆ ਕੇ ਪੰਜਾਬ ਦਾ ਪੰਜਾਬੀ ਕਲਚਰ ਸਾਨੂੰ ਯਾਦ ਆ ਜਾਂਦਾ, ਸਾਨੂੰ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਸਾਡੇ ਪੰਜਾਬ ਦੇ ਕਲਚਰ ਦੀਆਂ ਹਰ ਇੱਕ ਨਿੱਕੀ ਨਿੱਕੀ ਚੀਜ਼ ਇੱਥੇ ਪਈ ਹੋਈ ਹੈ। ਸੋ ਆਪ ਵੀ ਆਓ ਅਤੇ ਆਪਣੇ ਸਾਰੇ ਬੱਚਿਆਂ ਨੂੰ ਵੀ ਲੈ ਕੇ ਆਓ। ਸੋ ਮੈਂ ਮੁਕੇਸ਼ ਨਾਇਕ, ਸਭ ਨੂੰ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ।